जी है 8-8 साल 9-9 साल की पेंडिंग चला रही है। मेरा नाम कंचन सिंह है, मैं बनारपुर की ब्रांच करना, ये मेरा बिट्टू और अंकल ये भी बनारपुर ब्रांच करते, राजू रंधावा जी जेडे कठुआ यूनियन रिप्रजेंट करते, सनी जी ने टैंकर यूनियन रिप्रजेंट करते, पप्पा चौधरी आर एस पूरा तो रिप्रजेंट करते, बाहु सिंह जी जेडे जम्मू शाम एरिए बिलोंग करते। साड़ा मकसद ये है कि साड़ी इलेक्शन जी 8-9 साल की पेंडिंग चला गई, साड़ी रिक्वेस्ट है कि साड़ी इलेक्शन कराई जाए, जेडे 2-3 बंदे जो करना चाहते कि डिजॉल्व करो वित्तीय कमेटी, अजीत सिंह बाहर कटिया किया क्यों कटिया सानू नहीं पता किस वजह कटिया ने, सारी जी गेम है भारत भूषण शर्मे की बीर सिंह चीफ की गेम है सारी, इन्हें सारे लोगों मैनिपुलेट करिए क्योंकि जी ऑर्गेनाइजेशन साड़ी है 20-25 यूनियन की है, ये कोई 3-4 यूनियन की ऑर्गेनाइजेशन नहीं है जी कराए करते हैं कि 5 बजे का डिजॉल्व होता है। सानू चेयरमैन साहब रजीत सिंह ने कहा है कि असैम्बली इलेक्शन हो दौ वो बारे थोड़ी इलेक्शन कराने हैं, और इन्हें जिन्हें भिनक लगी है कि उन्हें इलेक्शन कराने कहते हैं, इन्हें उस दिन शामी मैं मीडिया देखा कि उन्हें कमेटी डिजॉल्व कर ली, वो कौन डिजॉल्व करने वाले ट्रांसपोर्ट रास्ता गड्डिया साड़ियाँ वो कौन साढ़े वो कोई साड़ी गड्डियों मालिक होने कोई कि अपनी मर्जी कहने धांधली पाई दी मेरी भारत भूषण की जी सिस्टर सब जज लगी दी है वो तो कोई फोन कराता है जे लेटेस्ट शाम के हूँ एरिए बने विधायक बने ट्रांसपोर्ट मिनिस्टर कभी उनकी धमकी दिता सानू जो मर्जी को थोड़ी इलेक्शन नहीं करनी है नहीं करना ये इन्हें धांधली पाई दी इतने लोगों साड़ी रिक्वेस्ट एल जी साहब कहने भी है कि सानू जो चेयरमैन सानू अजीत सिंह चाहिए और साड़ी फिर जल्द जल्द जो इलेक्शन कराई जाए। ਦਾ ਵਿਸ਼ਵਾਲ ਸਿੰਘ ਡਿਫੀਟਿਡ ਪ੍ਰੈਜ਼ੀਡੈਂਟ ਬਨਾਰ ਗਰੁੱਪ, ਮੈਂ ਅੱਜ ਤੋਂ ਪਹਿਲੇ 2 ਇਲੈਕਸ਼ਨ ਲੜ ਚੁੱਕਿਆ ਵਾ ਟੀ ਐੱਸ ਵਜ਼ੀਰ ਸਾਹਿਬ ਦੇ ਟਾਈਮ 'ਤੇ। ਟੀ ਐੱਸ ਵਜ਼ੀਰ ਸਾਹਿਬ ਨੇ ਜਿਸ ਵੇਲੇ ਇਲੈਕਸ਼ਨ ਬਿਲਕੁਲ ਸਾਡੀ ਫੇਲਫੁੱਲ ਕਰਾਈ ਸੀ, ਅਸੀਂ ਉਸ ਵੇਲੇ ਹਾਰ ਗਏ ਸਾਂ, ਅਸੀਂ ਹਾਰ ਮਨਜ਼ੂਰ ਕੀਤੀ ਸੀ, ਲੇਕਿਨ 10 ਸਾਲ ਹੋ ਗਏ ਜਿਹੜੇ ਬਨਾਰ ਗਰੁੱਪ ਦੀ ਇਲੈਕਸ਼ਨ ਨਹੀਂ ਹੋਈ। ਟੀ ਐੱਸ ਵਜ਼ੀਰ ਦੇ ਜਾਣ ਦੇ ਬਾਅਦ ਉਹਨਾਂ ਦੇ ਜਿਹੜੇ ਸਾਡੇ ਪ੍ਰਧਾਨ ਸਨ ਸਵਰਗੀ ਪ੍ਰੀਤਮ ਸਿੰਘ ਜੀ ਹੋਰ ਇਹ ਅਤੇ ਉਹ ਵੀ ਕਿਸੇ ਟਾਈਮ ਅਕਾਲ ਚਲਾਣਾ ਕਰਕੇ ਉਹਨਾਂ ਨੂੰ ਵੀ ਅੱਜ 4 ਸਾਲ ਤੋਂ ਉੱਪਰ ਹੋ ਗਏ। ਉਸ ਤੋਂ ਬਾਅਦ ਹਾਲੇ ਤੱਕ ਬਨਾਰ ਗਰੁੱਪ ਦੀ ਇਲੈਕਸ਼ਨ ਨਹੀਂ ਹੋਈ। ਸਾਡੇ ਜਿਹੜੇ ਚੇਅਰਮੈਨ ਸਾਹਿਬ ਸਨ ਸਰਦਾਰ ਅਜੀਤ ਸਿੰਘ ਜੀ, ਅਸੀਂ 2-3 ਵਾਰ ਇਹਨਾਂ ਕੋਲ ਗਏ ਹਾਂ ਭਾਈ ਤੁਸੀਂ ਸਾਡੀ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ, ਇਹ ਕਹਿਣ ਲੱਗੇ ਜੀ ਅਸੈਂਬਲੀ ਇਲੈਕਸ਼ਨ ਹੋ ਲੈਣ ਦਿਓ ਅਤੇ ਫਿਰ ਤੁਹਾਡੀ ਇਲੈਕਸ਼ਨ ਦੇ ਬਾਰੇ ਸੋਚਾਂਗੇ। ਅਸੀਂ ਆਖਿਆ ਠੀਕ ਹੈ ਭਾਈ ਅਸੈਂਬਲੀ ਇਲੈਕਸ਼ਨ ਹੋ ਲੈਣ ਦਿਓ। ਅਸੈਂਬਲੀ ਇਲੈਕਸ਼ਨ ਹੋ ਗਈ, ਪਾਰਲੀਮੈਂਟ ਇਲੈਕਸ਼ਨ ਹੋ ਗਈ ਅਤੇ ਅੱਜ 2 ਜਾਂ 3 ਦਿਨ ਹੋ ਗਏ ਇਹਨਾਂ ਦੀ ਕਮੇਟੀ ਡਿਜ਼ਾਈਲਵ ਹੋ ਗਈ, ਇਹਨਾਂ ਘਰ ਹੀ ਬੈਠ ਕੇ ਸਲਾਹ ਕਰ ਲਈ ਭਾਈ ਐਸਾ ਨਾ ਹੋਏ ਕਿ ਸਾਨੂੰ ਗਰੁੱਪਾਂ ਦੀ ਇਲੈਕਸ਼ਨ ਕਰਾਉਣੀ ਪਏ ਅਤੇ ਜਿਹੜੇ ਸਾਡੇ ਪ੍ਰਧਾਨ ਹਨ ਇਹ ਚਲੇ ਜਾਣਗੇ ਨਵੇਂ ਆਉਣ ਦੇ ਚਾਂਸ। ਲੇਕਿਨ ਮੈਨੂੰ ਇੱਕ ਚੀਜ਼ ਦੀ ਇਹ ਸਮਝ ਨਹੀਂ ਆਉਂਦੀ ਇਲੈਕਸ਼ਨ ਤੋਂ ਉਹ ਕਿਉਂ ਡਰਦੇ ਨੇ, ਅਗਰ ਉਹਨਾਂ ਕੰਮ ਕੀਤੇ ਦੇ ਉਹਨਾਂ ਰੂਟ ਦੇ ਕੰਮ ਕੀਤੇ ਦੇ ਅਤੇ ਜਿਹੜੇ ਟਰਾਂਸਪੋਰਟਰ ਭਰਾ ਨੇ ਉਹਨਾਂ ਨੂੰ ਮੁੜ ਕੇ ਚੁਣਨਗੇ ਉਹ ਫਿਰ ਆਉਣਗੇ, ਅਸੀਂ ਵੀ ਉਹਨਾਂ ਨੂੰ ਸਵੀਕਾਰ ਕਰਾਂਗੇ ਬਈ ਤੁਸੀਂ ਠੀਕ ਹੈ ਤੁਸੀਂ ਕੰਮ ਦੇ ਕਾਬਲ ਹੋ ਤੁਸੀਂ ਆਇਓ, ਅਸੀਂ ਸਭ ਤੋਂ ਪਹਿਲੇ ਵੈਲਕਮ ਅਸੀਂ ਕਰਾਂਗੇ ਉਹਨਾਂ ਨੂੰ। ਲੇਕਿਨ ਅਸੀਂ ਇਹ ਸਭ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਇਲੈਕਸ਼ਨ ਹੈ ਅਤੇ ਇਹ ਐਡਮਿਨਿਸਟ੍ਰੇਸ਼ਨ ਦੇ ਅੰਡਰ ਬਿਲਕੁਲ ਸਹੀ ਫੇਕ ਤਰੀਕੇ ਕਰਨੀ ਹੋਣੀ ਚਾਹੀਦੀ ਹੈ, ਐਸਾ ਨਹੀਂ ਹੋਣਾ ਚਾਹੀਦਾ ਕੱਲ੍ਹ ਇਹ ਬੰਦ ਕਮਰੇ ਦੇ ਅੰਦਰ ਬੈਠ ਕੇ ਇੱਕ ਦੂਜੇ ਨੂੰ ਹਾਰ ਪਾ ਕੇ ਅਤੇ ਸਵੇਰੇ ਮੀਡੀਆ 'ਚ ਆ ਜਾਂਦਾ ਜੀ ਫਲਾਣਾ ਸਿੰਘ ਅਤੇ ਫਲਾਣਾ ਰਾਮ ਅਤੇ ਫਲਾਣਾ ਕੋਰ ਇਹ ਬਣ ਗਏ ਜੀ ਪ੍ਰਧਾਨ ਬਣ ਗਏ ਫਲਾਣੇ ਫਲਾਣੇ ਗਰੁੱਪ ਦੇ, ਅਸੀਂ ਉਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਹਨਾਂ ਨੂੰ ਅਸੀਂ ਐਡਮਿਨਿਸਟ੍ਰੇਸ਼ਨ ਅੱਗੇ ਐਲ ਜੀ ਸਾਹਿਬ ਅੱਗੇ ਰਿਕੁਐਸਟ ਕਰਦੇ ਹਾਂ ਕਿ ਸਾਡੀ ਇਲੈਕਸ਼ਨ ਹੋਣੀ ਚਾਹੀਦੀ ਹੈ।